ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 6 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਸੋ ਜਿਵੇਂ ਕਿ ਦੇਖਿਆ ਕਿ ਰਾਤ ਲਗਭਗ ਕੱਲ੍ਹ ਸ਼ਾਮ ਦੇ ਆਸ-ਪਾਸ ਪੱਛਮੀ ਪਾਸੇ ਇੱਕ ਬੱਦਲੀ ਸਿਸਟਮ ਪੰਜਾਬ ਉੱਪਰ ਦੀ ਗੁਜ਼ਰਨਾ ਸ਼ੁਰੂ ਹੋਇਆ ਜਿਹਨੇ ਲਗਭਗ ਅੱਧੀ ਰਾਤ ਤੱਕ ਪੰਜਾਬ ਦੇ ਕਾਫੀ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਕਈ ਹਿੱਸਿਆਂ ਵਿੱਚ ਹਨੇਰੀ ਚੱਲੀ ਕੁਝ ਭਾਗਾਂ ਵਿੱਚ ਬੀ ਵੀ ਦੇਖਣ ਨੂੰ ਮਿਲਿਆ ਜਿਸ ਦੀ ਅਪਡੇਟ ਆਪਾਂ ਕੱਲ੍ਹ ਸਵੇਰ ਦੀ ਵੀਡੀਓ ਵਿੱਚ ਤੁਹਾਡਾ ਨਾਲ ਸਾਂਝੀ ਕਰ ਦਿੱਤੀ ਸੀ ਕਿ ਪੰਜਾਬ ਵਿੱਚ ਕੱਲ੍ਹ ਦੁਪਹਿਰ ਤੋਂ ਬਾਅਦ ਰਾਤ ਦੇ ਦਰਮਿਆਨ ਪੱਛਮੀ ਪਾਸੇ ਸਿਸਟਮ ਗੁਜ਼ਰੇਗਾ ਜਿਹੜਾ ਕਿ ਪੰਜਾਬ ਦੇ ਪੱਛਮੀ ਖੇਤਰ ਹੋਗੇ ਕੁਝ ਭਾਗ ਆਪਣੇ ਮਾਲਵੇ ਦੇ ਪੱਛਮੀ ਹੋਗੇ ਮਾਝਾ ਦੁਆਬਾ ਹੋਗੇ ਇਹਨਾਂ ਇਲਾਕਿਆਂ ਨੂੰ ਮੇਨ ਪ੍ਰਭਾਵ ਬੜੀ ਬਹੁਤ ਹਲਚਲ ਹੋਵੇਗੀ ਤੇ ਉਸ ਤੋਂ ਬਾਅਦ ਹੁਣ ਅੱਜ ਸਵੇਰ ਦੀ ਗੱਲ ਕਰੀਏ ਤਾਂ ਅੱਜ ਦੇ ਵੇਲੇ ਮੌਸਮ ਜਿਹੜਾ ਸਵੇਰ ਦੇ ਵੇਲੇ ਇਹ ਸਿਸਟਮ ਜਿਹੜਾ ਲਗਭਗ ਅੱਗੇ ਗੁਜ਼ਰ ਚੁੱਕਿਆ ਪਰ ਦੇਦਾ ਥੋੜਾ ਬਹੁਤ ਪ੍ਰਭਾਵ ਪੰਜਾਬ ਦੇ ਪੱਛਮੀ ਮਾਝੇ ਦੇ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਜਿਵੇਂ ਅਮਰਸਰ ਗੁਰਦਾਸਪੁਰ ਤਰਨਤਾਰਨ ਸਾਹਿਬ ਤੋਂ ਲੈ ਕੇ ਪਠਾਨਕੋਟ ਬਾਕੀ ਥੋੜੇ ਬਹੁਤ ਭਾਗ ਦੁਆਬੇ ਦੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਆ ਸਕਦੇ ਨੇ ਇਹਦੇ ਵਿੱਚ ਸੋ ਇਹਨਾਂ ਭਾਗਾਂ ਵਿੱਚ ਟੁੱਟ ਟੁੱਟਮੀ ਦਰਮਿਆਨੀ ਬੱਦਲਬਾਈ ਦਾ ਕੁਝ ਭਾਗਾਂ ਵਿੱਚ ਮੀਂਹ ਦੇ ਹਾਲਾਤ ਹਲਕੇ ਦਰਮਿਆਨੇ ਕਣੀਆਂ ਜਾਂ ਸ਼ਰਾਟੇ ਪੈ ਸਕਦੇ ਨੇ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਬਾਕੀ ਹਿੱਸਿਆਂ ਦਾ ਮੌਸਮ ਜਿਹੜਾ ਫਿਲਹਾਲ ਠੀਕ-ਠਾਕ ਰਹੂਗਾ ਤੇ ਇਹਨਾਂ ਪੱਛਮੀ ਖੇਤਰਾਂ ਵਿੱਚ ਵੀ ਜਿਹੜਾ ਮੌਸਮ ਅਗਲੇ 2-4 ਘੰਟਿਆਂ ਬਾਅਦ ਠੀਕ ਹੋ ਜਾਵੇਗਾ ਸੁਧਰ ਜਾਵੇਗਾ ਤੇ ਬਾਕੀ ਦਿਨ ਦੇ ਵੇਲੇ ਮੌਸਮ ਬੜਾ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸਾਫ਼ ਅਤੇ ਖੁਸ਼ਕੀ ਰਹੇਗਾ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਰਲਵੇਂ ਮਿਲਵੇਂ ਰਹਣਗੇ ਦਿਨ ਵੇਲੇ ਥੋੜਾ-ਬਹੁਤ ਪੱਛਮੀ ਹਵਾਵਾਂ ਦਾ ਹਲਕਾ-ਫੁਲਕਾ ਰੁਖ ਦੇਖਣ ਨੂੰ ਜ਼ਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੁਝ ਭਾਗਾਂ ਵਿੱਚ ਮੀਂਹ ਪਿਆ ਹੈ ਜਿਵੇਂ ਦੇਖਿਆ ਕਿ ਰਾਤ ਤੋਂ ਕੱਲ ਰਾਤ ਤੋਂ ਲੈ ਕੇ ਅੱਜ ਤੜਕੇ ਸਮੇਂ ਤੱਕ ਕੁਝ ਭਾਗਾਂ ਵਿੱਚ ਮੀਂਹ ਦੇ ਸ਼ਰਾਟੇ ਜਾਂ ਕੁਝ ਭਾਗਾਂ ਵਿੱਚ ਗਰਜ ਚਮਕ ਨਾਲ ਤੇਜ਼ ਮੀਂਹ ਵੀ ਦੇਖਣ ਨੂੰ ਮਿਲਿਆ ਥੋੜੇ ਸਮੇਂ ਲਈ ਤਾਂ ਉਸ ਦੇ ਚੱਲਦੇ ਟੈਂਪਰੇਚਰ ਦੇ ਵਿੱਚ ਇੱਕ ਤੋਂ 2 ਡਿਗਰੀ ਘਰਾਵਟ ਕੱਲ ਦੇ ਮੁਕਾਬਲੇ ਦੇਖਣ ਨੂੰ ਮਿਲੇਗੀ ਬਾਕੀ ਅਗਲੀ ਅਪਡੇਟ ਜਿਵੇਂ ਵੀ ਮਿਲੇਗੀ ਤਾਜ਼ਾ ਰੂਪ ਵਿੱਚ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਪੰਜਾਬ ਵੈਦਰ ਨਾਲ ਬਣੇ ਰਹੋ